ਸਤਿ ਸ਼੍ਰੀ ਅਕਾਲ ਜੀ ਅੱਜ ਅਧਿਆਪਕ ਦਿਵਸ ਹੈ ਜਾਨੀ ਕਿ ਟੀਚਰਸ ਡੇ ਹੈ ਤੇ ਅਧਿਆਪਕਾਂ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਮੈਂ ਬਹੁਤ-ਬਹੁਤ ਮੁਬਾਰਕਾਂ ਦੇਣਾ ਉਹਨਾਂ ਅਧਿਆਪਕਾਂ ਨੂੰ ਜਿਹੜੇ ਪੰਜਾਬ ਦਾ ਭਵਿੱਖ ਤੇ ਪੰਜਾਬ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ 'ਚ ਲੱਗੇ ਹੋਏ ਨੇ ਕਿਉਂਕਿ ਮਾਪਿਆਂ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਜੇ ਕੋਈ ਤੁਹਾਨੂੰ ਗਿਆਨ ਦਿੰਦਾ ਹੈ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਤੁਹਾਡੀ ਸਿੱਖਿਆ ਦੇ ਵਿੱਚ ਵਾਧਾ ਕਰਨ ਦੇ ਵਿੱਚ ਵਿੱਦਿਆ ਦੇ ਵਿੱਚ ਵਾਧਾ ਕਰਨ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਵਿੱਚ ਵਾਧਾ ਕਰਨ ਚ ਰੋਲ ਨਿਭਾਉਂਦਾ ਹੈ ਤਾਂ ਅਧਿਆਪਕ ਹੁੰਦਾ ਹੈ ਮੇਰੇ ਲਈ ਇਹ ਦਿਨ ਇਸ ਕਰਕੇ ਵੀ ਖਾਸ ਹੈ ਕਿ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਅੱਜ ਕੁਝ ਖੁਸ਼ਖਬਰੀਆਂ ਇਸ ਮੌਕੇ ਤੇ ਮੈਂ ਤੁਹਾਨੂੰ ਦੇਣੀਆ ਚਾਹਨਾ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰ ਲਈ ਗੈਸਟ ਫੈਕਲਟੀ ਟੀਚਰ ਰੱਖਣ ਨੂੰ ਪ੍ਰਬੰਧਗੀ ਦਿੱਤੀ ਗਈ ਹੈ ਜੀ ਦਾ ਕੇ ਨੋਟੀਫਿਕੇਸ਼ਨ ਬੜੀ ਜਲਦੀ ਹੋ ਜਾਊਗਾ ਦੂਸਰੀ ਖੁਸ਼ਖਬਰੀ ਇਹ ਹੈ ਕਿ ਪੰਜਾਬ ਦੇ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਯੂਜੀਸੀ ਦੇ 7ਵੇਂ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਹੈ ਜੀ ਹਾਂ ਯੂਜੀਸੀ ਦੇ 7ਵੇਂ ਪੇ ਕਮਿਸ਼ਨ ਦੇਆਂ ਸ਼ਰਤਾਂ ਜਿਹੜੀਆਂ ਨੇ ਉਹ ਲਾਗੂ ਹੋਣਗੀਆਂ 1 10 2022 ਤੋਂ 1 ਅਕਤੂਬਰ 2022 ਤੋਂ 7ਵੇਂ ਪੇ ਕਮਿਸ਼ਨ ਦੀਆਂ ਜਿਹੜੀਆਂ ਸਹੂਲਤਾਂ ਨੇ ਅਧਿਆਪਕਾਂ ਨੂੰ ਮਿਲਣ ਲੱਗ ਜਾਣਗੀਆਂ। ਨੰਬਰ 3 ਤੇ ਜਿਹੜੇ ਗੈਸਟ ਫੈਕਿਲਿਟੀ ਟੀਚਰ ਨੇ ਕਾਲਜਾਂ ਦੇ ਵਿੱਚ ਪਿਛਲੇ 18-19 ਸਾਲਾਂ ਤੋਂ 20-20 ਸਾਲਾਂ ਤੋਂ ਪੜ੍ਹਾ ਰਹੇ ਨੇ ਉਹਨਾਂ ਦੇ ਮਾਨ ਸਨਮਾਨ ਤੇ ਭੱਤੇ ਦੇ ਵਿੱਚ ਵੀ ਸਨਮਾਨਯੋਗ ਵਾਅਦਾ ਕੀਤਾ ਗਿਆ। ਮੈਂ ਇਸ ਮੌਕੇ ਤੇ ਸਾਰੇ ਅਧਿਆਪਕਾਂ ਨੂੰ ਇੱਕ ਵਾਰੀ ਫੇਰ ਬਹੁਤ-ਬਹੁਤ ਵਧਾਈ ਦੇਣਾ ਜਿਹੜੇ ਵਿੱਦਿਆ ਦਾ ਦਾਨ ਦੇ ਰਹੇ ਨੇ। ਤੇ ਵਿਦਿਆ ਮਨੁੱਖ ਦਾ ਕੀਜਾ ਨੇਤਰ ਹੈ ਤੇ ਅੱਜ ਦੇ ਇਸ ਅਧਿਆਪਕ ਦੇ ਉਸਤੇ ਮੌਕੇ ਤੇ